ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਈ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਜ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟੈਟ ਮਾਸਟਰ ਕੈਡਰ ਐਂਟੀਟੀ ਐਂਡ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓ ਅ ਟਾਪਿਕ ਦੇ ਵਿੱਚ ਅਸੀਂ ਕਨਸੈਪਟ ਆਫ ਡਿਵੈਲਪਮੈਂਟ ਐਂਡ ਇਟ ਇਸ ਰਿਲੇਸ਼ਨਸ਼ਿਪ ਵਿਦ ਲਰਨਿੰਗ ਦੇ ਨਾਲ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਫਸਟ ਪਾਰਟ ਇਹਦਾ ਉਹ ਕੰਪਲੀਟ ਹੋ ਚੁੱਕਿਆ ਹੈ ਸੋ ਤੁਸੀਂ ਪਲੇਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋਗੇ ਔਰ ਸਪੈਸ਼ਲੀ ਤੁਹਾਨੂੰ ਹੈਲਪਫੁਲ ਰਹੇਗਾ ਪੀਐਸਟੈਟ ਐਂਡ ਐਂਟੀਟੀ ਦੇ ਐਗਜ਼ਾਮ ਦੇ ਵਿੱਚ ਸੋ ਸੇਮ ਜਿਹੜਾ ਇਹਨਾਂ ਦਾ ਸਿਲੇਬਸ ਹੈ ਤਕਰੀਬਨ ਤਾਂ ਤੁਸੀਂ ਇਸ ਦੇ ਲਈ ਜਿਹੜਾ ਇਸ ਨੂੰ ਇਸਤੇਮਾਲ ਕਰ ਸਕਦੇ ਹੋਗੇ ਸੋ so, WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਹੁੰਦੀਆਂ ਰਹਿਣਗੀਆਂ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਓ ਔਰ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਉਹ ਹੋਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੋ ਇਹ WhatsApp ਗਰੁੱਪ ਜਿਹੜਾ ਪੇਡ ਹੈ ਸੋ ਇਸ ਚੀਜ਼ ਦਾ ਪਲੀਜ਼ ਧਿਆਨ ਰੱਖਿਓ ਓਕੇ ਸੋ ਸ਼ੁਰੂ ਕਰਦੇ ਆ ਸੈਸ਼ਨ ਸੋ ਚਾਈਲਡ ਡਿਵੈਲਪਮੈਂਟ ਜਿਹੜਾ ਉਹ ਬੜਾ ਕਹਿ ਸਕਦੇ ਇੱਕ ਟਾਫ ਸਬਜੈਕਟ ਬਣਿਆ ਹੋਇਆ ਹੈ ਨਾ ਸੋ ਕਾਫੀ ਸਰ ਸਟੂਡੈਂਟਸ ਲਈ ਬਟ ਇਹ ਕਿਸ ਨੂੰ ਜਦੋਂ ਅਸੀਂ ਸਮਝ ਲੈ ਲੈਂਦੇ ਆ ਇਸ ਤੋਂ ਬਾਅਦ ਸਾਡੇ ਲਈ ਬੜਾ ਇਜ਼ੀ ਹੋ ਜਾਂਦਾ ਹੈ ਬਟ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਅਸੀਂ ਇਸ ਨੂੰ ਸਮਝ ਲਿਆ ਤਾਂ ਸਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਸਮਝਣ ਤੋਂ ਬਾਅਦ ਅਸੀਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਜਿਹੜੇ ਕੁਐਸਚਨ ਆਉਂ ਉਹ ਸੋਲਵ ਕਰ ਸਕਦੇ ਹਾਂ ਚਾਹੇ ਉਹ ਕਿਸੇ ਵੀ ਟਾਈਪ ਦਾ ਬਣਾ ਕੇ ਕੁਐਸਚਨ ਪਾ ਸਕਦੇ ਨੇ ਠੀਕ ਹੈ ਉਸ ਨੂੰ ਆਪਣੇ ਆਪ ਅਸੀਂ ਸੋਲਵ ਕਰ ਲਵਾਂਗੇ ਸੋ ਕੋਸ਼ਿਸ਼ ਰਹੇਗੀ ਕਿ ਅੱਛੇ ਤੋਂ ਅੱਛੇ ਤਰੀਕੇ ਨਾਲ ਤੁਹਾਨੂੰ ਡੀਪਲੀਨ ਹੋਰ ਵਧੀਆ ਪ੍ਰੈਜੈਂਟ ਕੀਤਾ ਜਾ ਸਕੇ ਤਾਂ ਕਿ ਤੁਸੀਂ ਸਮਝ ਸਕੋ ਠੀਕ ਹੈ ਸੋ ਥਿਉਰੀਜ਼ ਵੀ ਤੁਹਾਨੂੰ ਮਿਲਦੇ ਰਹਿਣਗੇ ਨਾਲ ਨਾਲ ਐਮ ਐਸ ਕਿਊ ਵੀ ਜਿਹੜੇ ਮਿਲਦੇ ਰਹਿਣਗੇ ਠੀਕ ਹੈ ਜੀ ਸੋ ਫਰਸਟ ਕੁਐਸਚਨ ਹੈ ਪਿਆਜੇ ਦੇ ਅਨੁਸਾਰ ਕਿਸੇ ਵਿਅਕਤੀ ਨੂੰ ਢੁਕਵੇਂ ਵਿਕਾਸ ਲਈ ਜ਼ਰੂਰਤ ਹੁੰਦੀ ਹੈ ਆਪਸ਼ਨ 1 ਹੈ ਸਿੱਖਣਾ ਆਪਸ਼ਨ 2 ਹੈ ਵਾਤਾਵਰਣ ਨੂੰ ਖੋਜਣ ਲਈ ਪਰਤੱਖ ਤਜਰਬੇ ਅਨੁਭਵ ਆਪਸ਼ਨ 2 ਹੈ ਤਨ ਹੈ ਢੁਕਵੇਂ ਪਰਪਕਤਾ ਪੱਧਰ ਆਪਸ਼ਨ 4 ਹੈ ਉਪਰੋਕਤ ਸਾਰੇ ਸੋ ਪਿਆਜੇ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਵਿੱਚ ਢੁਕਵੇਂ ਵਿਕਾਸ ਲਈ ਜ਼ਰੂਰੀ ਹੈ ਤਾਂ ਉਹ ਤਦ ਨੇ ਉਸ ਦੇ ਵਿੱਚ ਸਿੱਖਣ ਦੀ ਤਤਪਰਤਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤਾਂ ਹੀ ਉਹ ਇੱਕ ਅچھے ਤਰੀਕੇ ਦੇ ਨਾਲ ਕੈਸਾ ਦੇ ਵਿਕਾਸ ਕਰ ਸਕਦਾ ਹੈ ਵਾਤਾਵਰਨ ਨੂੰ ਖੋਜਣ ਲਈ ਪ੍ਰਤੱਖ ਤਜਰਬੇ ਦੇ ਅਨੁਭਵ ਇਹ ਵੀ ਇੱਕ ਇਫੈਕਟ ਕਰਨਗੇ ਵਿਅਕਤੀ ਦੇ ਉੱਪਰ ਜਦੋਂ ਉਸ ਦਾ ਵਿਕਾਸ ਹੋ ਰਿਹਾ ਹੋਵੇਗਾ ਜਿਸ ਤਰ੍ਹਾਂ ਦਾ ਵਾਤਾਵਰਨ ਹੋਵੇਗਾ ਉਸੇ ਤਰੀਕੇ ਦਾ ਵਿਅਕਤੀ ਦਾ ਜਿਹੜਾ ਵਿਕਾਸ ਹੋਵੇਗਾ ਉਸੇ ਤਰ੍ਹਾਂ ਦੀ ਉਸ ਦੀ ਸਮਾਜਿਕ ਵਿਕਾਸ ਹੋਵੇਗਾ ਉਸੇ ਤਰ੍ਹਾਂ ਦਾ ਉਸ ਦਾ ਮਾਨਸਿਕ ਵਿਕਾਸ ਹੋਵੇਗਾ ਵਾਤਾਵਰਨ ਇੱਕ ਕਹਿ ਸਕਦੇ ਹਾਂ ਕਾਫੀ ਇਫੈਕਟਿਵ ਇਨਨ ਦੇ ਵਿੱਚੋਂ ਜੋ ਜ਼ਿਆਦਾ ਆਪਣਾ ਪ੍ਰਭਾਵ ਇੱਕ ਬੱਚੇ ਦੇ ਉੱਪਰ ਇੱਕ ਵਿਅਕਤੀ ਦੇ ਉੱਪਰ ਪਾਉਂਦਾ ਹੈ ਔਰ ਟੁਕਮਾ ਪਰਪਕਤਾ ਪੱਧਰ ਵੀ ਹੋਣਾ ਚਾਹੀਦਾ ਇੱਕ ਲੈਵਲ ਹੁੰਦਾ ਹੈ ਜਿਸ ਪੱਧਰ ਦੇ ਉੱਪਰ ਜਾ ਕੇ ਇੱਕ ਵਿਅਕਤੀ ਦੇ ਵਿੱਚ ਪੱਧਰਤਾ ਦੇ ਵਿੱਚ ਜਾ ਕੇ ਪਰਪਕਤ ਆਉਂਦੀ ਹੈ ਸੋ ਉਥੇ ਹੀ ਕਹਿ ਸਕਦੇ ਹਾਂ ਕਿ ਟੁਕਮਾ ਵਿਕਾਸ ਜਿਹੜਾ ਹੋ ਸਮਭ ਹੋ ਸਕਿਆ ਇਹ ਪਿਆਜ ਦੇ ਅਨੁਸਾਰ ਹੈ ਨੈਕਸਟ ਹੈ 2 ਨੰਬਰ ਵਿਕਾਸ ਹੁੰਦਾ ਹੈ ਸੋ ਆਪਸ਼ਨ 1 ਹੈ ਸਰੀਰਕ ਹੁੰਦਾ ਹੈ ਆਪਸ਼ਨ 2 ਹੈ ਮਾਨਸਿਕ ਹੁੰਦਾ ਹੈ ਆਪਸ਼ਨ 3 ਹੈ ਭਾਵਨਾਤਮਕ ਹੁੰਦਾ ਹੈ ਆਪਸ਼ਨ 4 ਹੈ ਇਹ ਸਾਰੇ ਹੀ ਹੁੰਦਾ ਹੈ ਸੋ ਵਿਕਾਸ اور ਵਾਤਾ ਇਹ ਦੋ ਟੋਪਿਕ ਨੇ ਸੋ ਇਹਨਾਂ ਦੇ ਰਿਲੇਟਡ ਇੱਕ ਤਾਂ ਕੁਐਸਚਨ ਜਿਹੜਾ ਹਰ ਵਾਰ ਆਉਂਦਾ ਹੁੰਦਾ ਹੈ ਠੀਕ ਹੈ ਚਾਹੇ ਉਹ ਸੀਟੈਟ ਹੋਵੇ ਚਾਹੇ ਉਹ ਪੀਟੈਟ ਹੋਵੇ ਤਾਂ ਇਸ ਨੂੰ ਸਮਝਣਾ ਜ਼ਰੂਰੀ ਹੈ ਨਾ ਸੋ ਕੁਐਸਚਨ ਮੋਡੀਫਾਈ ਆ ਜਾਂਦਾ ਬਟ ਰਿਲੇਟਡ ਜ਼ਰੂਰ ਹੁੰਦਾ ਇਸ ਦਿਨ ਠੀਕ ਹੈ ਤਾਂ ਰਾਈਟ ਇਸ ਦਾ ਆਨਸਰ ਡੀ অপশন সো ਵਿਕਾਸ ਦੇ ਵਿੱਚ ਸਰੀਰਿਕ ਮਾਨਸਿਕ ਭਾਵਨਾਤਮਕ ਸਵੇਗਾਤਮਕ ਸਮਾਜਿਕ ਇਹ ਸਾਰੇ ਵਿਕਾਸ ਆ ਜਾਂਦੇ ਹੈਗੇ ਨੇ ਇਹ ਵਿਕਾਸ ਦੇ ਇਨਸਪੈਕਟ ਨੇ ਕੀ ਠੀਕ ਹੈ ਬਟ ਬਾਧ ਦੇ ਜਦੋਂ ਗੱਲ ਕਰਾਂਗੇ ਤਾਂ ਉਹਦੇ ਵਿੱਚ ਮਾਪਣ ਤੋਲਣ ਵਾਲਾ ਜਿਹੜਾ ਹੈ ਇੱਕ ਸਿਸਟਮ ਆ ਜਾਂਦਾ ਇੱਕ ਹਾਈਟ ਹੋ ਗਿਆ ਮੋਟਾ ਜਾਂ ਪਤਲਾ ਹੋ ਗਿਆ ਹੈ ਨਾ ਸੋ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਬਾਧ ਦੇ ਵਿੱਚ ਹੋਣੀਆਂ ਬਟ ਵਿਕਾਸ ਹੈ ਜਿਹੜਾ ਉਹ ਸਰੀਰਿਕ ਮਾਨਸਿਕ ਤੇ ਭਾਵਨਾਤਮਕ ਸਾਰੇ ਤੱਤਾਂ ਨੂੰ ਮਿਲਾ ਕੇ ਹੁੰਦਾ ਹੈ ਨੈਕਸਟ ਹੈ 3 ਨੰਬਰ ਵਿਅਕਤੀ ਇੱਕ ਖੁੱਲੀ ਊਰਜਾ ਸਰੋਤ ਹੈ ਕਿਉਂਕਿ ਇਹ ਪ੍ਰਭਾਵਿਤ ਹੁੰਦਾ ਹੈ অপਸ਼ਨ 1 ਹੈ ਵਾਤਾਵਰਣ ਤੋਂ ਅਤੇ ਵਾਤਾਵਰਣ ਤੋਂ অপਸ਼ਨ 2 ਹੈ ਸਮਾਜਿਕ ਪ੍ਰਭਾਵਾਂ ਤੋਂ অপਸ਼ਨ 3 ਹੈ ਸਾਥੀਆਂ ਅਤੇ ਅਧਿਆਪਕਾਂ ਤੋਂ অপਸ਼ਨ 4 ਹੈ ਅਪਰੋਕ ਸਾਰਿਆਂ ਤੋਂ ਤਾਂ ਰਾਈਟੈਸਟ ਅਨਸਰ ਡੀ ਆਪਸ਼ਨ ਸੋ ਵਿਅਕਤੀ ਜਿਹੜਾ ਹੋ ਖੁੱਲੀ ਊਰਜਾ ਸਰੋਤ ਹੈ ਮੀਨਜ਼ ਕਿ ਉਹ ਹਰ ਪਾਸੇ ਤੋਂ ਪ੍ਰਭਾਵਿਤ ਹੁੰਦਾ ਹੈ ਕੁਝ ਨਾ ਕੁਝ ਜ਼ਰੂਰ ਨਵਾਂ ਸਿੱਖਦਾ ਰਹਿੰਦਾ ਹੈ ਚਾਹੇ ਉਹ ਵਾਦਾ ਹੋਵੇ ਚਾਹੇ ਉਹ ਵਾਤਾਵਰਨ ਹੋਵੇ ਇਹਨਾਂ ਤੋਂ ਪ੍ਰਭਾਵਿਤ ਹੋਵੇਗਾ ਸੱਭਿਆਚਾਰ ਦਾ ਪ੍ਰਭਾਵ ਵੀ ਉਸਤੇ ਉੱਪਰ ਪਵੇਗਾ ਸਾਥੀਆਂ ਤੇ ਅਧਿਆਪਕਾਂ ਦਾ ਖਾਸ ਤੌਰ ਦੇ ਉੱਪਰ ਉਸ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਠੀਕ ਹੈ ਵਾਤਾਵਰਨ ਸਾਥੀ ਅਤੇ ਅਧਿਆਪਕ ਇਹਨਾਂ ਦੇ ਸਭ ਤੋਂ ਜ਼ਿਆਦਾ ਇੰਪੋਰਟੈਂਸ ਰੈਂਦੀਆਂ ਕਿਉਂਕਿ ਇਹਨਾਂ ਤੋਂ ਬਹੁਤ ਜ਼ਿਆਦਾ ਜਿਹੜਾ ਕਹਿ ਸਕਦਾ ਹਾਂ ਪ੍ਰਭਾਵਿਤ ਹੁੰਦਾ ਤੇ ਇਹਨਾਂ ਤੋਂ ਹੀ ਤਕਰੀਬਨ ਸਾਰੀ ਜਾਣਕਾਰੀ ਹੈ ਜਿਹੜੀ ਉਹ ਇਕੱਠੀ ਕਰਦਾ ਹੈ ਠੀਕ ਹੈ ਇਸੇ ਕਰਕੇ ਉਸਨੂੰ ਖੁੱਲੀ ਊਰਜਾ ਸਰੋਤਨ ਕਹਿੰਦੇ ਹਨ ਕਿ ਹਰ ਪਾਸੇ ਤੋਂ ਵਿਅਕਤੀ ਜਿਹੜਾ ਉਹ ਸਿੱਖਦਾ ਹੈ ਆਪਣਾ ਵਿਕਾਸ ਕਰਦਾ ਹੈ। ਨੈਕਸਟ ਹੈ 4 ਨੰਬਰ ਜਾਤੀ ਵਿਤ ਕਿਰਿਆ ਦਾ ਸੰਬੰਧ ਪ੍ਰਾਣੀ ਦੇ ਡੈਸ਼ ਚਰਬਨ ਨਾਲ ਹੈ। ਸੋ ਆਪਸ਼ਨ 1 ਹੈ ਜਨਮ ਤੋਂ ਕਿਸ਼ੋਰ ਅਵਸਥਾ ਤੱਕ, ਆਪਸ਼ਨ 2 ਹੈ ਜਨਮ ਤੋਂ ਪਹਿਲਾਂ ਦੀ ਅਵਸਥਾ ਤੱਕ, ਆਪਸ਼ਨ 3 ਹੈ ਇੱਕ ਪੀੜੀ ਤੋਂ ਦੂਸਰੀ ਪੀੜੀ ਨਾਲ, ਆਪਸ਼ਨ 4 ਹੈ ਜਨਮ ਤੋਂ ਮੌਤ ਤੱਕ। ਤਾਂ ਰਾਈਟ ਅਸਟ ਆਨਸਰ ਸੀ ਆਪਸ਼ਨ ਸੋ ਜਾਤ ਵ੍ਰਿਤ ਜਿਹੜੀ ਹੈ ਫਿਨੋਲੋਜੀਟਿਕ ਜਿਹੜੀ ਕਿਰਿਆਵਾਂ ਨੇ ਇਸ ਦਾ ਸੰਬੰਧ ਹੈ ਪ੍ਰਾਣੀ ਦੇ ਇੱਕ ਪੀੜੀ ਤੋਂ ਦੂਸਰੀ ਪੀੜੀ ਦੇ ਨਾਲ ਯਾਨੀ ਕਿ ਇੱਕ ਪੀੜੀ ਦੇ ਵਿੱਚ ਜੋ ਕੈਰੈਕਟਰਿਸਟਿਕ ਸੀ ਵਿਸ਼ੇਸ਼ਤਾਵਾਂ ਸੀ ਉਹ ਆਉਣ ਵਾਲੀ ਜਿਹੜੀ ਨੈਕਸਟ ਉਸ ਦੀ ਪੀੜੀ ਹੋਵੇਗੀ ਉਹਦੇ ਵਿੱਚ ਵੀ ਉਸ ਨਾਲ ਉਸ ਦੇ ਸਿੰਪਟਮ ਜਿਹੜੇ ਆ ਉਹ ਕਿਤੇ ਨਾ ਕਿਤੇ ਥੋੜੇ ਬੋਤੇ ਮਿਲਦੇ ਰਹਿਣਗੇ ਨੈਕਸਟ ਹੈ 5 ਨੰਬਰ ਵਿਅਕਤੀਗਤ ਵਿਅਕਤੀਤਵ ਅਤਿਆਸ ਦਾ ਸੰਬੰਧ ਪ੍ਰਾਣੀ ਜਾਂ ਜੀਵ ਦੇ ਡੈਸ਼ ਨਾਲ ਹੁੰਦਾ ਹੈ অপਸ਼ਨ 1 ਹੈ ਜਨਮ ਮੰਗਰੋ ਜੀਵਨ ਕਾਲ ਨਾਲ অপਸ਼ਨ 2 ਹੈ ਸਰੀਰਕ ਸੰਸਾਧਨ ਵਿੱਚ ਜਾਤ ਚਿੰਨ অপਸ਼ਨ 3 ਹੈ ਜਨਮ ਤੋਂ ਪਹਿਲਾਂ ਦੇ ਸਮੇਂ ਦਾ ਵੇਰਵਾ অপਸ਼ਨ 4 ਹੈ ਵਿਰਧ ਬੁਢਾਪੇ ਦੀ ਉਮਰ ਦੇ ਅਨੁਭਵ ਦਾ ਰਾਈਟਸਟ ਅਨਸਰ ਏ অপਸ਼ਨ ਸੋ ਵਿਕਤੀਤਵ ਜੋ ਹੈ ਆਂਟੋਜੇਨੈਟਿਕ ਜਿਹੜੇ ਹੈਗੇ ਨੇ ਸੋ ਇਹ ਇਤਿਹਾਸ ਦਾ ਸਬੰਧ ਜਿਹੜਾ ਹੈ ਪ੍ਰਾਣੀ ਦੇ ਜੀਵਨ ਮੰਗਰੋ ਜੀਵਨ ਕਾਲ ਦੇ ਨਾਲ ਹੈ ਯਾਨੀ ਕਿ ਜਦੋਂ ਜਨਮ ਹੋ ਜਾਂਦਾ ਹੈ ਬੱਚੇ ਦਾ ਹਨਾ ਸੋ ਉਸ ਤੋਂ ਬਾਅਦ ਉਸਤੇ ਨਾਲ ਜਿਹੜਾ ਕੁਝ ਅਟੈਚ ਹੁੰਦਾ ਹੈ ਸੋ ਸਾਰਾ ਕੁਝ ਉਸਦੇ ਇਤਿਹਾਸ ਦੇ ਵਿੱਚ ਆ ਜਾਂਦਾ ਹੈ ਨੈਕਸਟ ਹੈ 6 ਨੰਬਰ ਪਸ਼ੂ ਅਤੇ ਮਾਨਵ ਸ਼ਿਸ਼ੂ ਸਮਾਨ ਹੈ ਸੋ অপਸ਼ਨ 1 ਹੈ ਸਾਰੇ ਪੱਖਾਂ ਦੇ ਵਿੱਚ অপਸ਼ਨ 2 ਹੈ ਭੋਜਨ ਅਤੇ ਸਪਰਸ਼ ਸੰਬੰਧੀ ਉਤੇਜਨਾਵਾਂ ਚ অপਸ਼ਨ 3 ਹੈ ਕੇਵਲ ਭੋਜਨ ਚ অপশন 4 ਹੈ ਕੇਵਲ स्पर्ਸ਼ ਉਤੇਜਨਾ ਚ ਦਾ ਰਾਈਟੈਸਟ ਆਨਸਰ ਬੀ ਆਪਸ਼ਨ ਪਸ਼ੂ ਅਤੇ ਮਾਨਵ ਜਿਹੜੇ ਨੇ ਉਹ ਸਮਾਨ ਨੇ ਭੋਜਨ ਦੇ ਵਿੱਚ ਅਤੇ स्पर्ਸ਼ ਉਤੇਜਨਾ ਦੇ ਵਿੱਚ ਸ ਇਹਨਾਂ ਦੋਨਾਂ ਸਪੈਕਟਰ ਨੂੰ ਲੈ ਕੇ ਦੋਨਾਂ ਦੇ ਵਿੱਚ ਸਮਾਨਤਾ ਪਾਈ ਜਾਂਦੀ ਹੈ ਸੋ ਭੋਜਨ ਵੀ ਜਿਹੜਾ ਖਾਂਦੇ ਹੈਗੇ ਨੇ ਹਨਾ ਅਲੱਗ-ਅਲੱਗ ਤਰ੍ਹਾਂ ਦਾ ਮਟਖਾਂਦੇ ਜ਼ਰੂਰ ਹੈਗੇ ਨੇ ਹਨਾ ਸੋ स्पर्ਸ਼ ਸੰਬੰਧੀ ਜਿਹੜੀ ਉਤੇਜਨਾ ਉਹ ਵੀ ਇਸ ਦੇ ਵਿੱਚ ਇਫੈਕਟ ਨੇ ਸੋ ਦੋਨੋਂ ਫੈਕਟਰ ਜਿਹੜੇ ਹੈਗੇ ਨੇ ਇਹ ਸਮਾਨ ਪਾਏ ਜਾਂਦੇ ਆ ਪਸ਼ੂ ਅਤੇ ਮਾਨਵ ਦੇ ਵਿੱਚ ਨੈਕਸਟ ਹੈ 7 ਨੰਬਰ ਕ੍ਰਿਟੀਕਲ ਪੀਰੀਅਡ ਦੀ ਉਪ ਕਲਪਨਾ ਦਰਸਾਉਂਦੀ ਹੈ ਕਿ ਸੁਆਪਸ਼ਨਿਕ ਹੈ ਬੱਚੇ ਦੇ ਵਿਕਾਸ ਦੇ ਵਿਸ਼ੇਸ਼ ਸਮੇਂ ਵਿੱਚ ਵਿਸ਼ੇਸ਼ ਕਿਰਿਆਵਾਂ ਨੂੰ ਸਿੱਖਣ ਦੀਆਂ ਸਮਰੱਥਾਵਾਂ ਪ੍ਰਗਟ ਹੁੰਦੀਆਂ ਹਨ ਜੇਕਰ ਉਸ ਸਮੇਂ ਵਿੱਚ ਉਹਨਾਂ ਵਿਸ਼ੇਸ਼ ਸਮਰੱਥਾਵਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਤਾਂ ਉਹ ਸਮਰੱਥਾ ਕਿਰਿਆਹੀਨ ਹੋ ਜਾਂਦੀਆਂ ਹਨ ਆਪਸ਼ਨ 2 ਹੈ ਉਹ ਵਿਸ਼ੇਸ਼ ਕਾਲ ਜਦੋਂ ਬੱਚਾ ਕਿਰਿਆ ਕਰਾਵਾਂ ਕੁਝ ਕਿਰਿਆਵਾਂ ਨੂੰ ਸਿੱਖਣ ਲਈ ਸਰੀਰਕ ਦ੍ਰਿਸ਼ਟੀ ਤੋਂ ਤਿਆਰ ਨਹੀਂ ਹੁੰਦਾ ਆਪਸ਼ਨ 3 ਹੈ ਉਹ ਵਿਸ਼ੇਸ਼ ਕਾਲ ਜਦੋਂ ਬੱਚਾ ਕਿਸੇ ਨਵੀਂ ਚੀਜ਼ ਜਾਂ ਕੰਮ ਨੂੰ ਸਿੱਖਣ ਲਈ ਪ੍ਰੇਰਿਤ ਨਹੀਂ ਹੁੰਦਾ অপਸ਼ਨ 4 ਹੈ ਉਹ ਸਮਾਂ ਜਦੋਂ ਉਚਿਤ ਸਿੱਖਣ ਲਈ ਬੱਚੇ ਦਾ ਮਾਨਸਿਕ ਟੈਸਟ ਨਹੀਂ ਸੈੱਟ ਨਹੀਂ ਬੰਦਦਾ ਤਾਂ ਰਾਈਟੈਸਟ ਆਨਸਰ A অপਸ਼ਨ ਸੋ ਕ੍ਰਿਟੀਕਲ ਪੀਰੀਡ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਬੱਚੇ ਦੇ ਵਿਕਾਸ ਦੇ ਵਿੱਚ ਵਿਸ਼ੇਸ਼ ਸਮੇਂ ਦੇ ਵਿੱਚ ਵਿਸ਼ੇਸ਼ ਕਿਰਿਆਵਾਂ ਨੂੰ ਸਿੱਖਣ ਦੀ ਸਮਰੱਥਾ ਪ੍ਰਗਟ ਹੁੰਦੀਆਂ ਹਨ ਜੇਕਰ ਉਸ ਸਮੇਂ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਸਮਰੱਥਾਵਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਤਾਂ ਉਹ ਅਸਮਰੱਥਾਵਾਂ ਜਿਹੜੀਆਂ ਨੇ ਕਿਰਿਆਹੀਨ ਹੋ ਜਾਂਦੀਆਂ ਨੇ ਯਾਨੀ ਕਿ ਉਹ ਫालतू ਜਾਂਦੀਆਂ ਹੈਗੀਆਂ ਨੇ ਠੀਕ ਹੈ ਇਸ ਨੂੰ ਅਸੀਂ ਕ੍ਰਿਟੀਕਲ ਪੀਰੀਡ ਦੇ ਨਾਮ ਨਾਲ ਜਾਣਦੇ ਹਾਂ ਨੈਕਸਟ ਹੈ 8 ਨੰਬਰ ਵਿਕਾਸ ਦਾ ਅਰਥ ਹੈ ਸੋ ਆਪਸ਼ਨ 1 ਹੈ ਪ੍ਰਮਾਣਿਕ ਪਰਵਰਤਨ অপশন 2 ਹੈ ਗੁਣਾਤਮਕ ਪਰਵਰਤਨ অপশন 3 ਹੈ ਪਰਮਾਨਿਤਕ ਅਤੇ ਗੁਣਾਤਮਕ ਦੋਨਾਂ ਤਰ੍ਹਾਂ ਦਾ ਪਰਵਰਤਨ অপশন 4 ਹੈ ਇਹਨਾਂ ਦੇ ਵਿੱਚੋਂ ਕੋਈ ਨਹੀਂ ਤੇ ਰਾਈਟ ਅਸਰਸਰ ਸੀ অপশন ਡਵੈਲਪਮੈਂਟ ਦਾ ਅਰਥ ਹੈ ਕਿ ਪਰਮਾਨਿਤਮਕ ਵੀ ਹੋਵੇਗਾ ਅਤੇ ਗੁਣਾਤਮਕ ਵੀ ਹੋਵੇਗਾ ਦੋਨਾਂ ਤਰ੍ਹਾਂ ਦਾ ਵਿਕਾਸ ਜਿਹੜਾ ਦੇਖਣ ਨੂੰ ਮਿਲੇਗਾ ਇਸ ਦੇ ਵਿੱਚ ਦੋਨਾਂ ਤਰ੍ਹਾਂ ਦੇ ਪਰਵਰਤਨ ਇਸ ਤੇ ਹੋਣਗੇ ਇਸ ਦੇ ਵਿੱਚ ਨੈਕਸਟ ਹੈ 9 ਨੰਬਰ ਵਿਕਾਸ ਕਿਹੋ ਜਿਹੀ ਕਿਰਿਆ ਹੈ ਸੋ ਆਪਸ਼ਨ 1 ਹੈ ਬਾਲਵਸਤਾ ਵਿੱਚ ਹੋਣ ਵਾਲੀ ਹੈ ਆਪਸ਼ਨ 2 ਹੈ ਸ਼ਿਸ਼ੂ ਅਵਸਥਾ ਦੇ ਵਿੱਚ ਹੋਣ ਵਾਲੀ ਹੈ ਆਪਸ਼ਨ 3 ਹੈ ਬਾਲ ਅਵਸਥਾ ਦੇ ਵਿੱਚ ਵਾਪਰਨ ਵਾਲੀ ਆਪਸ਼ਨ 4 ਹੈ ਨਿਰੰਤਰ ਅਤੇ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਦਰਾਈਟਸ ਦਾ ਅਨਸਰ ਡੀ ਆਪਸ਼ਨ ਸੋ ਵਿਕਾਸ ਡਿਵੈਲਪਮੈਂਟ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕੰਟੀਨਿਊ ਚੱਲਣ ਵਾਲੀ ਹੈ ਅਤੇ ਜਦੋਂ ਇੱਕ ਮਨੁੱਖ ਦਾ ਜਨਮ ਹੋ ਜਾਂਦਾ ਹੈ ਉਸ ਸਮੇਂ ਤੋਂ ਲੈ ਕੇ ਮਰਨ ਤੇ ਕੁਸਤੀ ਮੌਤ ਤੱਕ ਇਹ ਪ੍ਰਕਿਰਿਆ ਵਿਕਾਸ ਦੀ ਚਲਦੀ ਰਹਿੰਦੀ ਹੈ ਨੈਕਸਟ ਹੈ 10 ਨੰਬਰ ਵਿਕਾਸ ਵਿੱਚ ਸਿਖਰ ਤੋਂ ਪੋਸ਼ ਜਨਨ ਕੀ ਕਲੀਪਲੋਡਿਕਲਸ ਨਿਜ਼ਮ ਦਾ ਅਰਥ ਹੈ ਸੋ ਆਪਸ਼ਨ 1 ਹੈ ਵਿਕਾਸ ਦੀ ਦਿਸ਼ਾ ਸ਼ਰੀਰ ਦੇ ਕੇਂਦਰ ਦੇ ਭਾਗਾਂ ਤੋਂ ਕਿਨਾਰਿਆਂ ਵੱਲ ਆਪਸ਼ਨ 2 ਹੈ ਵਿਕਾਸ ਦੀ ਦਿਸ਼ਾ ਪੈਰਾਂ ਤੋਂ ਉੱਪਰ ਵੱਲ ਆਪਸ਼ਨ 3 ਹੈ ਵਿਕਾਸ ਦੀ ਦਿਸ਼ਾ ਸਿਰ ਤੋਂ ਪੈਰਾਂ ਵੱਲ ਆਪਸ਼ਨ 4 ਹੈ ਸ਼ਰੀਰ ਦੇ ਸਾਰੇ ਅੰਗਾਂ ਦਾ ਵਿਵਸਥਿਤ ਵਿਕਾਸ द राइटेस्ट आंसर सी ऑप्शन विकास ਦੇ ਵਿੱਚ ਸਿਖਰ ਤੋਂ ਪੁਛ ਜਾਣਾ ਜਾਂ ਕੈਲਕੂਲੇਟਰ ਕਿਡੂਲ ਜਿਹੜਾ ਨਿਜ਼ਮਾ ਇਸ ਦੇ ਵਿੱਚ ਮਜ਼ਾਰ ਹੈ ਕਿ ਵਿਕਾਸ ਦੀ ਦਿਸ਼ਾ ਜਿਹੜੀ ਆ ਉਹ ਸਿਰ ਤੋਂ ਪੈਰਾਂ ਵੱਲ ਹੁੰਦੀ ਹੈਗੀ ਆ ਕੀ ਨੈਕਸਟ ਹੈ 11 ਨੰਬਰ ਸੋ ਦੋ ਕੁਐਸਚਨ ਨੇ ਇਹ ਸੋ ਥਿਉਰੀ ਦੇ ਵਿੱਚ ਮੈਂ ਕਰਵਾਏ ਹੋਏ ਨੇ ਸੋ ਵਿਕਾਸ ਇੱਕ ਸਿਰ ਤੋਂ ਪੈਰਾਂ ਤੋਂ ਹੁੰਦਾ ਹੈ ਠੀਕ ਹੈ ਇੱਕ ਹੁੰਦਾ ਹੈ ਕਿ ਸੈਂਟਰ ਪੁਆਇੰਟ ਤੋਂ ਚੱਲਦਾ ਹੈ ਅਤੇ ਬਾਕੀ ਦੇ ਹਿੱਸਿਆਂ ਵੱਲ ਜਿਹੜਾ ਵਿਕਾਸ ਕਰਦਾ ਹੈ 11 ਨੰਬਰ ਕੁਐਸਚਨ ਹੈ ਬੱਚੇ ਦੀ ਪਰਪੱਕਤਾ ਦੇ ਸਿਧਾਂਤ ਦਾ ਪ੍ਰਤੀਪਾਦਨ ਕਿਸ ਨੇ ਕੀਤਾ ਹੈ অপਸ਼ਨ 1 ਹੈ ਮੈਕਰਾਨੇ অপਸ਼ਨ 2 ਹੈ ਨੈਸ਼ ਨੇ অপਸ਼ਨ 3 ਹੈ ਗੇਸਲੇ ਨੇ অপਸ਼ਨ 4 ਹੈ ਹਿਲਗਾਰਡ ਨੇ ਦਾ ਰਾਈਟਸਟ ਆਨਸਰ ਹੈ ਇਹ ਆਪਸ਼ਨ ਸੋ ਬੱਚੇ ਦੀ ਪਰਪੱਕਤਾ ਦੇ ਸਿਧਾਂਤ ਦਾ ਪ੍ਰਤੀਪਾਦਨ ਜਿਹੜਾ ਕੀਤਾ ਉਹ ਮੈਕਰਾਨੇ ਕੀਤਾ ਹੈ ਦਾ ਰਾਈਟ ਆਨਸਰ ਇਸ ਦਾ A ਰਹੂਗਾ ਇੱਕ ਬੱਚੇ ਦੇ ਵਿੱਚ ਪਰਪੱਕਤਾ ਕਿਵੇਂ ਆਉਂਦੀ ਹੈ ਕੀ ਫੈਕਟਰ ਇਫੈਕਟ ਕਰਦੇ ਨੇ ਇਹ ਸਾਰਾ ਕੁਝ ਜਿਹੜਾ ਸਿਧਾਂਤ ਹੈ ਇਹ ਮੈਕਰਾਨੇ ਦੁਆਰਾ ਕੀਤਾ ਗਿਆ ਹੈ ਨੈਕਸਟ ਹੈ 12 ਨੰਬਰ ਕਿਹੜੇ ਮਨੋਵਿਗਿਆਨੀ ਨੇ ਵਾਦੇ ਨੂੰ ਅੰਦਰੂਨੀ ਪ੍ਰਕਿਰਿਆ ਆਖਿਆ ਹੈ ਸੋ ਆਪਸ਼ਨ ਏ ਹੈ ਗੈਸਲੇ ਨੇ ਆਪਸ਼ਨ 2 ਹੈ ਐਡਰਸਨ ਨੇ ਆਪਸ਼ਨ 3 ਹੈ ਵੈਬਸਟਰ ਨੇ ਆਪਸ਼ਨ 4 ਹੈ ਸਟੀਵਨ ਨੇਸ਼ਨਸ ਨੇ ਤੇ রাইਟਸਟ ਆਨਸਰ ਏ ਆਪਸ਼ਨ ਸੋ ਗੈਸਲੇ ਮਨੋਵਿਗਿਆਨੀ ਨੇ ਵਾਦੇ ਨੂੰ ਇੱਕ ਅੰਦਰੂਨੀ ਪ੍ਰਕਿਰਿਆ ਆਖਿਆ ਹੈ ਕਿ ਸਰੀਰ ਦੇ ਅੰਦਰ ਵਾਪਨ ਵਾਲੀ ਇਹ ਕਿਰਿਆ ਹੈ ਨੈਕਸਟ ਹੈ 13 ਨੰਬਰ ਵਿਧੀ ਦੀ ਜਾ ਵਾਧੇ ਦੀ ਪ੍ਰਕਿਰਿਆ ਦਾ ਪ੍ਰਸ਼ਨ ਹੈ ਸੋ ਵਾਧਾ ਕਿਹਾ ਜਾਊਗਾ ਤੇ ਸੋ ਵਿਰਧੀ ਕਿਹਾ ਜਾਂਦਾ ਅਸਲ ਵਿੱਚ ਇਸ ਨੂੰ ਇਹ ਵਾਧਾ ਗਰੋਥ ਵਾਲਾ ਪੁਆਇੰਟ ਹੈ ਸੋ ਆਪਸ਼ਨ 1 ਹੈ ਜੀਵ ਦੇ ਅੰਦਰ ਤੋਂ ਹੁੰਦਾ ਹੈ ਆਪਸ਼ਨ 2 ਹੈ ਜੀਵ ਦੇ ਬਾਹਰ ਤੋਂ ਹੁੰਦਾ ਹੈ ਆਪਸ਼ਨ 3 ਹੈ ਏ অর ਬੀ ਆਪਸ਼ਨ ਦੋਨੋਂ ਅਤੇ ਆਪਸ਼ਨ 4 ਹੈ ਇਹਨਾਂ ਦੇ ਵਿੱਚੋਂ ਕੋਈ ਨਹੀਂ ਗਰੋਥ ਜਾਂ ਵਾਧਾ ਜਿਹੜਾ ਉਸ ਦੀ ਪ੍ਰਕਿਰਿਆ ਹੁੰਦੀ ਹੈ ਜੀਵ ਦੇ ਅੰਦਰ ਤੋਂ ਸ਼ੁਰੂ ਹੁੰਦੀ ਹੈ ਸੋ ਠੀਕ ਹੈ ਬਾਕੀ ਦੇ ਸਰੀਰ ਤੇ ਕਿਹੜੀ ਉਹ ਪਹੁੰਚਦੀ ਹੈ ਵਾਧਾ ਜਾਂ ਗਰੋਥ ਨੈਕਸਟ ਹੈ 14 ਨੰਬਰ ਵਿਕਾਸ ਤੋਂ ਤੁਹਾਡਾ ਕੀ ਭਾਵ ਹੈ অপਸ਼ਨ 1 ਹੈ ਕਦ ਅਤੇ ਭਾਰ ਦੇ ਵਿੱਚ ਵਾਧਾ অপਸ਼ਨ 2 ਹੈ ਜਵਾਨੀ ਦੇ ਸੰਬੰਧਿਤ ਪਰਵਰਤਨ অপਸ਼ਨ 3 ਹੈ ਸੰਖਿਆਮূলক ਅਤੇ ਗੁਣਾਤਮਕ ਪਰਵਰਤਨ অপਸ਼ਨ 4 ਹੈ ਸਾਥੀ ਸਮੂਹ ਵਿੱਚ ਭਾਗ ਲੈਣਾ ਸਿੱਖਣਾ ਰਾਈਟਸਟ ਅਨਸਰ ਸੀ অপਸ਼ਨ ਸੋ ਵਿਕਾਸ ਤੋਂ ਭਾਵ ਹੈ ਸੰਖਿਆਮূলক ਅਤੇ ਗੁਣਾਤਮਕ ਪਰਵਰਤਨ ਦੇ ਨਾਲ ਸੰਬੰਧਤ ਹੈ ਠੀਕ ਹੈ ਕੀ ਸੰਖਿਆਮূলক ਵੀ ਹੋਵੇਗੀ ਅਤੇ ਗੁਣਾਤਮਕ ਉਸ ਦੇ ਵਿੱਚ ਚੰਗੇ ਮਾੜੇ ਗੁਣ ਜਿਹੜੇ ਹੋ ਵੀ ਕਾ ਸਕਦੇ ਆਉਣਗੇ ਇਹ ਸਾਰੇ ਦੇ ਸਾਰੇ ਜਿਹੜੇ ਉਹ ਵਿਕਾਸ ਦੇ ਵਿੱਚ ਹੋਣਗੇ ਨੈਕਸਟ ਹੈ 15 ਨੰਬਰ ਵਿਕਾਸ ਤੋਂ ਭਾਵ ਉਹਨਾਂ ਪ੍ਰਗਤੀਸ਼ੀਲ ਪਰਿਵਰਤਨਾਂ ਦੀ ਵਿਖਿਆ ਤੋਂ ਹੈ ਜੋ అనుభవ ਅਤੇ ਪਰਪੱਕਤਾ ਦੇ ਨਤੀਜੇ ਵਜੋਂ ਇੱਕ ਕਰਮਬੰਧ ਅਤੇ ਪੂਰਵਾਨਨ ਅਨੁਮਾਨਤਕ ਢੰਗ ਨਾਲ ਘਟਤ ਹੁੰਦੀ ਹੈ ਇਹ ਕਿਸ ਨੇ ਕਿਹਾ ਸੀ অপਸ਼ਨ 1 ਹੈ ਸਤੀਵਨਸਨ ਨੇ অপশন 2 ਹੈ ਹਾਰਲੋਕ ਨੇ অপਸ਼ਨ 3 ਨੇ ਪਿਆਜੇ ਨੇ অপਸ਼ਨ 4 ਹੈ ਕਰੋ ਐਂਡ ਕਰੋਨੇ ਤੇ ਰਾਈਟ ਅਸਰ ਆਨਸਰ ਬੀ অপਸ਼ਨ ਹਾਰਲੋਕ ਨੇ ਕਿਹਾ ਹੈ ਕਿ ਵਿਕਾਸ ਤੋਂ ਭਾਵ ਉਹਨਾਂ ਪ੍ਰਗਤੀਸ਼ੀਲ ਪਰਿਵਰਤਨਾਂ ਦੀ ਵਿਆਖਿਆ ਤੋਂ ਹੈ ਜੋ అనుభవ ਅਤੇ ਪਰਪੱਕਤਾ ਦੇ ਨਤੀਜੇ ਵਜੋਂ ਇੱਕ ਕਰਮਬੰਧ ਅਤੇ ਪੂਰਵਾਨਨਮਤ ਪੂਰਵ ਅਨੁਮਾਨਤਕ ਢੰਗ ਦੇ ਨਾਲ ਘਟਤ ਹੁੰਦੀ ਰਚਨਾ ਹੈ ਨੈਕਸਟ ਹੈ 16 ਨੰਬਰ ਹੇਠ ਦਿੱਤੇ ਵਿੱਚੋਂ ਕਿਹੜਾ ਕਥਨ ਵਿਕਾਸ ਦੇ ਅਰਥ ਸਪਸ਼ਟ ਕਰਦਾ ਹੈ অপਸ਼ਨ 1 ਹੈ ਵਿਕਾਸ ਜਿਆਦਾ ਵਿਰਸਤਿਤ ਅਤੇ ਵਿਆਪਕ ਹੁੰਦਾ ਹੈ অপਸ਼ਨ 2 ਹੈ ਵਿਭਿੰਨ ਵਿਅਕਤੀਆਂ ਦੇ ਲਈ ਵਿਕਾਸ ਦੀ ਗਤੀ ਭਿੰਨ ਹੋ ਸਕਦੀ ਹੈ অপਸ਼ਨ 4 ਹੈ ਇੱਕ ਵਿਅਕਤੀ ਦੇ ਵਿਕਾਸ ਦੀ ਦਰ ਭਿੰਨ ਅਵਸਥਾਵਾਂ ਦੇ ਵਿੱਚੋਂ ਭਿੰਨ ਹੋ ਸਕਦੀ ਹੈ ਅਤੇ অপਸ਼ਨ 4 ਹੈ ਉਪਰੋਕਤ ਸਾਰੇ ਟਾਈਟਨਸਿਸ ਦਾ ਡੀ অপਸ਼ਨ ਹੈ ਸੋ ਵਿਕਾਸ ਆ ਜਿਹੜਾ ਹੋ ਵਿਰਸਤਿਤ ਹੁੰਦਾ ਹੈ ਵਿਆਪਕ ਹੁੰਦਾ ਹੈ ਨਿਰੰਤਰ ਹੁੰਦਾ ਹੈ ਹਮੇਸ਼ਾ ਹੁੰਦਾ ਰਹਿੰਦਾ ਹੈ ਜਨਮ ਤੋਂ ਲੈ ਕੇ ਮੌਤ ਤੱਕ ਔਰ ਹਰੇਕ ਵਿਅਕਤੀ ਦੇ ਵਿੱਚ ਵਿਕਾਸ ਦੀ ਗਤੀ ਵੀ ਜਿਹੜੀ ਭਿੰਨ ਹੁੰਦੀ ਹੈ ਕਿਸੇ ਦੇ ਵਿੱਚ ਤੇਜ਼ ਹੁੰਦੀ ਹੈ ਕਿਸੇ ਦੇ ਵਿੱਚ ਘੱਟ ਹੁੰਦੀ ਹੈ ਕਿਸੇ ਏਜ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ ਕਿਸੇ ਏਜ ਦੇ ਵਿੱਚ ਘੱਟ ਹੋ ਜਾਂਦੀ ਹੈਗੀ ਹੈ ਔਰ ਵਿਕਾਸ ਤੇ ਜਿਹੜੀ ਕਹਿ ਸਕਦੇ ਹਾਂ ਦਰ ਉਹ ਭਿੰਨ ਅਵਸਥਾਵਾਂ ਦੇ ਵਿੱਚੋਂ ਭਿੰਨ ਹੋ ਸਕਦੀ ਹੈ ਏਜ ਦੇ ਅਕੋਰਡਿੰਗ ਅਸੀਂ ਜਿਹੜਾ ਕਹਿ ਸਕਦੇ ਹਾਂ अगेन ਠੀਕ ਹੈ 17 ਨੰਬਰ ਕੁਐਸਚਨ ਹੈ ਹੇਠ ਦਿੱਤੇ ਵਿੱਚੋਂ ਵਾਧੇ ਦੇ ਅਰਥ ਸਪਸ਼ਟ ਕਰਨ ਦੇ ਨਾਲ ਸਬੰਧਤ ਨਹੀਂ ਹੈ ਆਪਸ਼ਨ 1 ਹੈ ਇਹ ਸੰਖਿਆਮੂਲਕ ਹੈ ਆਪਸ਼ਨ 2 ਹੈ ਵਾਣਸ਼ਿਕ ਗੁਣ ਵਾਧੇ ਦੀ ਪ੍ਰਕਿਰਿਆ ਨੂੰ ਨਿਸ਼ਚਿਤ ਕਰਦੇ ਹਨ অপਸ਼ਨ 3 ਹੈ ਇਹ ਵਿਅਕਤੀ ਦੇ ਬਾਹਰ ਦੀ ਪ੍ਰਕਿਰਿਆ ਹੈ অপਸ਼ਨ 4 ਹੈ ਇਸ ਦਾ ਜਿਆਦਾ ਸਬੰਧ ਸਰੀਰਕ ਪੱਖ ਨਾਲ ਹੁੰਦਾ ਹੈ ਤਾਂ ਰਾਈਟੈਸਟ ਆਨਸਰ ਸੀ অপਸ਼ਨ ਹੈ ਸੋ ਇਹ ਵਿਅਕਤੀ ਦੇ ਬਾਹਰ ਦੀ ਪ੍ਰਕਿਰਿਆ ਜਿਹੜਾ ਉਹ ਗਲਤ ਹੈ ਅਸਲ ਦੇ ਵਿੱਚ ਜੋ ਵਿਕਾਰ ਆਵਾਦਾ ਹੁੰਦਾ ਹੈ ਸੋ ਇਹ ਅੰਦਰ ਦੀ ਪ੍ਰਕਿਰਿਆ ਹੁੰਦਾ ਹੈ ਸੋ ਅੰਦਰੋਂ ਜਿਹੜਾ ਸ਼ੁਰੂ ਹੁੰਦਾ ਹੈ ਠੀਕ ਹੈ ਇਹ ਇੱਥੇ ਰਾਈਟ ਨਹੀਂ ਹੈ ਗਲਤਾ ਪੁਆਇੰਟ ਬਾਕੀ ਇਹ ਸੰਖਿਆਮੂਲਕ ਹੁੰਦਾ ਹੈ ਮਾਪਿਆ ਜਾ ਸਕਦਾ ਹੈ ਵੰਸ਼ਿਕ ਗੁਣਾ ਦੇ ਵਿੱਚ ਇਸ ਤਰ੍ਹਾਂ ਦੇਖਦੇ ਹਾਂ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਇੱਕ ਪਿਤਾ ਤੋਂ ਇੱਕ ਬੱਚੇ ਤੱਕ ਜਿਹੜਾ ਮਾਂ ਤੋਂ ਬੱਚੇ ਤੱਕ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਔਰ ਇਸ ਦਾ ਜਿਆਦਾ ਸਬੰਧ ਜਿਹੜਾ ਉਹ ਸਰੀਰਕ ਪੱਖਾਂ ਦੇ ਨਾਲ ਹੁੰਦਾ ਹੈ ਠੀਕ ਹੈ ਜੀ ਨੈਕਸਟ ਹੈ 18 ਨੰਬਰ ਜਟਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਦਾ ਅਰਥ ਹੈ অপਸ਼ਨ 1 ਹੈ ਬਾਲਕ ਦਾ ਇੱਕ ਕਿਰਿਆ ਤੋਂ ਪਿੱਛੋਂ ਦੂਜੀ ਕਿਰਿਆ ਕਰਨੀ অপਸ਼ਨ 2 ਹੈ ਬਾਲਕ ਦਾ ਅਡ-ਅਡ ਸਮਾਂ ਅਤੇ ਅਡ-ਅਡ ਕੰਮ ਕਰਨਾ অপਸ਼ਨ 3 ਹੈ ਬਾਲਕ ਦਾ ਇੱਕੋ ਵੇਲੇ ਦੋ ਕਿਰਿਆਵਾਂ ਕਰਨਾ অপਸ਼ਨ 4 ਹੈ ਬਾਲਕ ਦਾ ਕੋਈ ਵੀ ਕਿਰਿਆ ਨਾ ਕਰਨਾ ਤਾਂ ਰਾਈਟਰ ਸਾਹਿਬ ਸੀ ਅਨਸਰ ਸੋ ਜਟਲ ਅਤੇ ਸੰਯੋਜਨ ਅਨੁਕ੍ਰਿਆ ਪ੍ਰਤੀਮਾਨ ਦਾ ਅਰਥ ਹੈ ਕਿ ਬਾਲਕ ਦਾ ਇੱਕੋ ਇੱਕ ਇੱਕੋ ਇੱਕ ਵੇਲੇ ਦੋ ਕਿਰਿਆਵਾਂ ਕਰਨਾ ਹੁੰਦਾ ਤਾਂ ਉਸ ਕਿਰਿਆ ਨੂੰ ਅਸੀਂ ਜਟਲ ਸੰਯੋਜਨ ਕਹਿੰਦੇ ਆ ਜਾਨੀ ਕਿ ਉਹ ਦੋ ਚੀਜ਼ਾਂ ਨੂੰ ਸਮਝ ਰਿਹਾ ਹੈ ਕਰ ਵੀ ਰਿਹਾ ਹੈ ਔਰ ਕਿਰਿਆਵਾਂ ਵੀ ਜਿਹੜੀਆਂ ਕਹਿ ਸਕਦੇ ਹੋ ਕਰ ਸਕਦੇ ਹੈਗੇ ਆ ਇੱਕੋ ਵੇਲੇ ਦੇ ਉੱਪਰ ਇਸ ਚੀਜ਼ ਨੂੰ ਅਸੀਂ ਕੰਜ਼ਿਊਮਰ ਟਰੀ ਜਿਹੜਾ ਕਹਿੰਦੇ ਆ ਕਿਹਾ ਨੈਕਸਟ ਹੈ 19 ਨੰਬਰ ਪਰਪੱਕਤਾ ਦਾ ਸਿੱਖਣ ਵਿੱਚ ਪ੍ਰਭਾਵ ਦਾ ਅਧਿਐਨ ਕਰਨ ਲਈ ਸਭ ਤੋਂ ਵਧੀਆ ਟੁਕਮਾ ਸਮਾਂ ਹੈ ਸੋ ਆਪਸ਼ਨ 1 ਹੈ 3 ਸਾਲ ਦੀ ਆਜੂ ਤੱਕ অপশন 2 ਹੈ 6 ਸਾਲ ਅਤੇ ਇਸ ਤੋਂ ਬਾਅਦ অপশন 3 ਹੈ ਜਦੋਂ ਬੱਚਾ ਸਕੂਲ ਵਿੱਚ ਚੰਗੀ ਤਰ੍ਹਾਂ ਸਮਾਜ ਉਚਿਤ ਹੋ ਜਾਂਦਾ ਹੈ অপশন 4 ਹੈ ਬੱਚੇ ਦੇ ਵਿਕਾਸ ਦੀ ਕਿਸੇ ਵੀ ਅਵਸਥਾ ਦੇ ਵਿੱਚ ਸੁਪਰਪੱਕਤਾ ਨੂੰ ਅਗਰ ਜਾਨਣਾ ਹੋਵੇ ਤਾਂ ਉਸ ਲਈ ਸਭ ਤੋਂ ਵਧੀਆ ਸਮਾਂ ਜਿਹੜਾ ਹੁੰਦਾ ਹੈ ਉਹ 3 ਸਾਲ ਦੀ ਆਜੂ ਤੱਕ ਦਾ ਹੁੰਦਾ ਹੈ ਸੋ ਇਸ ਸਮੇਂ ਦੇ ਦੌਰਾਨ ਅਸੀਂ ਪਰਪੱਕਤਾ ਦੇ ਸਿੱਖਣ ਦੀ ਜਿਹੜੀ ਗੱਲ ਕਰ ਸਕਦੇ ਹਾਂ ਵਧੀਆ ਤਿੱਕੇ ਦੇ ਨਾਲ ਪ੍ਰਭਾਵ ਜਿਹੜਾ ਉਸ ਦਾ ਅਧਿਐਨ ਉਹ ਕਰ ਸਕਦੇ ਹਾਂ ਸਿੱਖਣ ਦੇ ਵਿੱਚ ਪ੍ਰਭਾਵ ਜੁਆਇਦਾ ਨੈਕਸਟ ਹੈ B ਨੰਬਰ ਪ੍ਰਪੱਕਤਾ ਅਤੇ ਸਿੱਖਣ ਦੇ ਪ੍ਰਭਾਵ ਦਾ ਅੰਤਰ ਕਰਨਾ ਮੁਸ਼ਕਲ ਹੋ ਜਾਂਦਾ ਹੈ ਜਦ ਆਪਸ਼ਨ 1 ਹੈ ਸੈਰੀਬਲ ਕਾਰਟਸ ਠੀਕ ਢੰਗ ਨਾਲ ਵਿਕਸਿਤ ਹੋ ਕੇ ਬਾਲਕ ਦੀਆਂ ਕਿਰਿਆਵਾਂ ਦਾ ਸੰਚਾਲਨ ਕਰਨ ਲੱਗਦਾ ਹੈ ਆਪਸ਼ਨ 2 ਹੈ ਬਾਲਕ ਦੀਆਂ ਰੁਚੀਆਂ ਅਤੇ ਪਸੰਦਾਂ ਆਪਸੀ ਪ੍ਰਭਾਵ ਪਾਉਣ ਲੱਗਦੀਆਂ ਹਨ ਆਪਸ਼ਨ 3 ਹੈ ਜਦੋਂ ਉਹ ਕੁਝ ਆਦਤਾਂ ਨੂੰ ਵਿਕਸਿਤ ਕਰ ਲੈਂਦਾ ਹੈ ਤੇ ਸਿੱਖਣ ਦੀਆਂ ਕੁਸ਼ਲਤਾਵਾਂ ਨੂੰ ਗ੍ਰਹਿਣ ਕਰ ਲਵੇ ਆਪਸ਼ਨ 4 ਹੈ ਅਪਰੋਕਸ ਸਾਰੀ ਦ ਰਾਈਟਸਟ ਅਨਸਰ ਡੀ ਆਪਸ਼ਨ ਸੋ ਪਰਪੱਕਤਾ ਅਤੇ ਸਿੱਖਣ ਦੇ ਪ੍ਰਭਾਵ ਦੇ ਵਿੱਚ ਅੰਤਰ ਕਰਨਾ ਮੁਸ਼ਕਲ ਹੋ ਜਾਂਦਾ ਜਦੋਂ ਸੈਰੀਵਲ ਕਾਰਡਸ ਠੀਕ ਢੰਗ ਨਾਲ ਵਿਕਸਿਤ ਹੋ ਕੇ ਬਾਲਕ ਦੀਆਂ ਕਿਰਿਆਵਾਂ ਦਾ ਸੰਚਾਲਨ ਕਰਨ ਲੱਗਦਾ ਹੈ ਅਤੇ ਬਾਲਕ ਦੀਆਂ ਰੁਚੀਆਂ ਪਸੰਦਾਂ ਆਪਸੀ ਪ੍ਰਭਾਵ ਪਾਉਣ ਲੱਗਦੀਆਂ ਹੈਗੀਆਂ ਨੇ ਜਦੋਂ ਕੋਈ ਜ਼ਰਤਾਂ ਵਿਕਸਿਤ ਕਰ ਲੈਂਦਾ ਤੇ ਸਿੱਖਣ ਦੀਆਂ ਕੁਸ਼ਲਤਾਵਾਂ ਨੂੰ ਗ੍ਰਹਿਣ ਕਰ ਲੈਂਦਾ ਸੋ ਇਹ ਸਾਰੇ ਪੁਆਇੰਟਸ ਨੇ ਜਿਹੜੇ ਪਰਪੱਕਤਾ ਤੇ ਸਿੱਖਣ ਦੇ ਪ੍ਰਭਾਵ ਦੇ ਵਿੱਚ ਅੰਤਰ ਕਰਨਾ ਜਿਹੜਾ ਮੁਸ਼ਕਲ ਹੁੰਦਾ ਹੈ ਸੋ ਇਸੇ ਆਧਾਰ ਤੇ ਉੱਪਰ ਕਹਿ ਸਕਦੇ ਆਂ ਕਿ 3 ਸਾਲ ਦੀ ਆਜੂ ਤੱਕ ਜੇਕਰ ਸਿੱਖਣ ਜਾਂ ਪਰਪੱਕਤਾ ਦੇ ਬਾਰੇ ਗਿਆਨ ਲੈਣਾ ਹੋਵੇ ਤਾਂ ਅੱਛੇ ਤਰੀਕੇ ਨਾਲ ਅਸੀਂ ਸਮਝ ਸਕਦੇ ਆਂ ਉਹਦਾ ਅਧਿਐਨ ਜਿਹੜਾ ਕਰ ਸਕਦੇ ਆਂ ਬਟ ਇਸ ਤੋਂ ਬਾਅਦ ਸਾਡੇ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਸਾਰੀਆਂ ਜਿਹੜੀਆਂ ਫੈਕਟਰ ਉੱਤੇ ਦੇਖਣ ਮਿਲਦੇ ਆਂ ਨੈਕਸਟ ਹੈ 21 ਨੰਬਰ ਬਾਲਕ ਦਾ ਵਿਕਾਸ ਇੱਕ ਹੈ ਸੋ ਆਪਸ਼ਨ 1 ਹੈ ਇੱਕੀਕ੍ਰਿਤ ਪ੍ਰਕਿਰਿਆ ਹੈ ਆਪਸ਼ਨ 2 ਹੈ ਨਿਰੰਤਰ ਪ੍ਰਕਿਰਿਆ ਹੈ ਆਪਸ਼ਨ 3 ਹੈ ਵਿਰਸਤਿਤ ਅਤੇ ਵਿਆਪਕ ਹੈ ਆਪਸ਼ਨ 4 ਹੈ ਅਪਰੋਕਸ਼ਰੀ ਹੈ ਤਾਂ ਰਾਈਟ ਇਸ ਦਾ ਆਨਸਰ ਡੀ ਆਪਸ਼ਨ ਸੋ ਬਾਲਕ ਦਾ ਜਿਹੜਾ ਵਿਕਾਸ ਆ ਉਹ ਏਕੀਕ੍ਰਿਤ ਪ੍ਰਕਿਰਿਆ ਹੈ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਵਿਰਸਿਤ ਹੈ ਅਤੇ ਵਿਆਪਕ ਹੈ ਸੋ ਇਸੇ ਕਰਕੇ ਸਾਰੇ ਪੁਆਇੰਟਸ ਇਸ ਦੇ ਵਿੱਚ ਉਹ ਇਨਕਲੂਡ ਹੋਣਗੇ ਨੈਕਸਟ ਹੈ ਬਾਈ ਨੰਬਰ ਵਿਕਾਸ ਦੇ ਸੰਕਲਪ ਤੋਂ ਤੁਹਾਡਾ ਕੀ ਭਾਵ ਹੈ ਆਪਸ਼ਨ 1 ਹੈ ਗੁਣਾਤਮਕ ਪਰਿਵਰਤਨ ਆਪਸ਼ਨ 2 ਹੈ ਸੰਖਿਆ ਮੂਲਕ ਪਰਿਵਰਤਨ ਕਰਨ ਦੀ ਆਪਸ਼ਨ 3 ਹੈ A ਔਰ B ਆਪਸ਼ਨ ਆਪਸ਼ਨ 4 ਹੈ ਪ੍ਰੋਖਰ ਦੇ ਵਿੱਚੋਂ ਕੋਈ ਨਹੀਂ द राइट आंसर सी ऑप्शन सो विकास ਦੇ ਸੰਕਲਪ ਦੀ ਗੱਲ ਕਰੀਏ ਤਾਂ ਇਸ ਤੋਂ ਭਾਵ ਹੈ ਕਿ ਗੁਣਾਤਮਕ ਪਰਵਰਤਨ ਹੋਣਾ ਸੰਖਿਆਮੂਲਕ ਪਰਵਰਤਨ ਕਰਨ ਦੇ ਸੰਖ ਹੋਣਾ ਤੇ ਸਾਰੇ ਪੁਆਇੰਟ ਜਿਹੜੇ ਇਸ ਦੇ ਵਿੱਚ ਸ਼ਾਮਲ ਹੈਗੇ ਨੇ ਵਿਕਾਸ ਦੇ ਕਨਸੈਪਟ ਦੇ ਵਿੱਚ ਸੋ थैंक यू ਜੀ ਸੋ ਅੱਜ ਦੇ ਸੈਸ਼ਨ ਦੇ ਵਿੱਚ ਇਨਕੁਐਰੀ ਕਵੈਸਚਨਸ ਪੁੱਛ ਕਰਦਾਂਗੇ ਸਭ ਦੇ ਲਈ ਹੈਲਪਫੁਲ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਔਰ ਜਿਹੜੇ ਵਿਦਿਆਰਥੀ ਨਵੇਂ ਹੋਣ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂ